ਹਾਂਜੀ ਸਰ, ਜਿਹੜੇ ਅੱਜ ਤੁਸੀਂ ਇੱਥੇ ਜ਼ਮੀਨ ਦੀ ਜਿਹੜੀ ਵਾਸਤੇ ਆਏ ਹੋ, ਜਿਹੜੀ ਪਾਰ ਜ਼ਮੀਨ ਸੀਗੀ ਉਹਦਾ ਕਬਜ਼ਾ ਲਿੱਤਾ ਗਿਆ, ਕੀ ਕਹਿਣਾ ਚਾਹੁੰਦੇ ਹੋ ਜੀ? ਬਸ ਡੀ ਸੀ ਸਾਹਿਬ ਦੇ ਹੁਕਮ ਸੀਗੇ ਵੀ ਜੋ ਖਾਲੀ ਪਈ ਜ਼ਮੀਨ ਸੀਗੀ ਉਹਦੇ 'ਤੇ ਰਿਸੀਵਰ ਮੈਨੂੰ ਨੁਕਤੇ ਕੀਤਾ ਗਿਆ ਸੀਗਾ ਅਤੇ ਕਾਨੂੰਗੋ ਸਾਹਿਬ ਨੂੰ, ਉਹ ਕਾਨੂੰਗੋ ਸਾਹਿਬ ਨਾਲ ਅਤੇ ਪਟੌਰੀ ਸਾਹਿਬ ਆਏ ਸੀਗੇ ਖਾਲੀ ਪਈ ਜ਼ਮੀਨ 'ਤੇ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ। ਸਰ ਕੋਈ ਮੁਸ਼ਕਿਲ ਵਗੈਰਾ ਤਾਂ ਨਹੀਂ ਆਈ ਜੀ? ਨਹੀਂ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ, ਬਹੁਤ ਹੀ ਚੰਗਾ ਮਾਹੌਲ ਸੀਗਾ, ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ। ਤੁਸੀਂ ਸਰ ਇੱਕ ਕਿੰਨੇ ਕਿੱਲੇ ਪੈਲੀ ਹੈਗੀ ਸੀ ਜੀ? ਨੀਅਰ ਅਬਾਊਟ ਕਾਨੂੰਗੋ ਸਾਹਿਬ ਜ਼ਿਆਦਾ ਦੱਸ ਸਕਦੇ ਆ, ਲੇਕਿਨ ਫਿਰ ਵੀ ਕੋਈ 700-800 ਕਿੱਲਾ ਤਾਂ। ਇਹ ਸਰ ਜਿਹੜੇ ਲੋਕਾਂ ਨੇ ਉਹਦੇ 'ਤੇ ਦੁਬਾਰਾ ਕਬਜ਼ਾ ਕੀਤਾ, ਪਹਿਲੇ ਵੀ ਇਸ ਨੂੰ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਸੀ ਸਰਕਾਰ ਵੱਲੋਂ? 145 ਲੱਗੀ ਹੋਈ ਸੀਗੀ, ਲੇਕਿਨ ਮੈਨੂੰ ਨਹੀਂ ਪਤਾ ਕਿਉਂਕਿ ਮੇਰੀ ਨਵੀਂ ਜੁਆਇਨਿੰਗ ਹੈ, ਪਹਿਲਾਂ ਨਹੀਂ ਪਤਾ ਵੀ ਕੀ 145 ਦੇ ਔਡਰ ਪਾਸ ਸੀਗੇ ਪਹਿਲਾਂ। ਜਨਾਬ ਤੁਸੀਂ ਜੇ ਕੀ ਨਾਮ ਡੀ ਸਾਹਿਬ ਦੇ ਔਡਰ 'ਤੇ ਕੀ ਕਰਨਾ ਆਏ ਸੀ ਇੱਥੇ ਦਰਿਆ ਪਾਰ? ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਜ ਸਾਨੂੰ 21 ਤਰੀਕ ਨੂੰ ਹੁਕਮ ਕੀਤੇ ਸੀ ਜੋ ਦਰਿਆ ਤੋਂ ਪਾਰ ਜ਼ਮੀਨ 145 ਧਾਰਾ ਲੱਗੀ ਹੋਇਆ ਉਹ 'ਤੇ 2014 ਅਤੇ 2016-17 'ਤੇ ਲੱਗੀ ਸੀਗੀ, ਅਤੇ ਉਹਦੇ ਜ਼ਮੀਨ 'ਤੇ ਕਬਜ਼ਾ ਪਹਿਲਾਂ ਲੈ ਲਿਆ ਸੀ, ਹੁਣ ਦੁਬਾਰਾ ਫਿਰ ਅਸੀਂ ਦੇਖਣ ਗਏ ਸੀ ਜੇ ਕੋਈ ਕਬਜ਼ਾ ਕਿਸੇ ਨਾਲ ਕੀਤਾ ਤਾਂ ਉਹਨੂੰ ਦੁਬਾਰਾ ਫਿਰ ਆਪਣੇ ਕਬਜ਼ੇ 'ਚ ਸਰਕਾਰ ਦੇ ਹੱਕ 'ਚ ਲੈਣਾ ਗਿਆ ਸੀ। ਉਹ ਕਿੰਨੀ ਪਹਿਲੀ ਕਿੰਨੀ ਸੀ? ਨੀਅਰ ਅਬਾਊਟ ਕਬਜ਼ਾ ਤਾਂ ਤਕਰੀਬਨ ਅਸੀਂ ਜਦੋਂ ਕਲਟੀਵੇਟ ਕੀਆ ਉਹ 400-500 ਕਿੱਲਾ ਹੈ, ਅਤੇ ਬਾਕੀ ਤਕਰੀਬਨ 9-10 ਹਜ਼ਾਰ ਕਿੱਲਾ ਤਕਰੀਬਨ ਹੈ।